ਪਾਣੀ ਨਾ ਚੈੱਕ ਕਰੋ ਕਿੰਨੀ ਸਪੀਡ ਨਾਲ ਜਿਹੜਾ ਨਾ ਜ਼ਿਆਦਾ ਛੱਡਿਆ ਹੋਇਆ ਦਰਿਆ ਨੂੰ, ਸਿਰਫ ਔਰ ਸਿਰਫ ਦਰਿਆ ਨੂੰ ਪਾਣੀ ਛੱਡਣ ਦੀ ਵਜ੍ਹਾ ਇਹ ਹੀ ਹੈ ਕਿ ਖਾਦ ਕਿੰਨੀ ਕਿੰਨੀ ਪਾਈ ਇਹਨੂੰ ਭਾਜੀ, ਇੱਕ ਇੱਕ ਬੋਰੀ ਡੀ ਏ ਪੀ ਅਤੇ ਡੇਢ ਡੇਢ ਬੋਰੀ ਯੂਰੀਆ ਪਾਈ, ਹਾਲੇ ਤਾਂ ਇਹਨੂੰ ਖਾਦ ਪਾਈ ਕੋਈ ਨਹੀਂ, ਹੁਣ ਹੀ ਤੈਨੂੰ ਖਾਦ ਪਾਣੀ ਮਾਸ਼ਾਅੱਲਾ ਮਕਈ ਦਾ ਨਿਸ਼ਾਨੀ ਵੇਖ ਕਿੰਨੀ ਪਾ ਰਹੀ। ਨਹੀਂ ਮਕਈ ਦੱਸੋ, ਮਕਈ ਮੇਰੀ ਸੋਹਣੀ ਗਲੋਤੀ, ਸਿਰਫ ਇਸ ਕਿੱਲੇ ਨੂੰ ਮਸਲਾ ਹੈਗਾ, ਉਹ ਵੀ ਇਹਨੂੰ ਸ਼ਾਇਦ ਕੋਈ ਯੂਰੀਆ ਥੋੜ੍ਹੀ ਘੱਟ ਲੱਗ ਗਈ, ਅਤੇ ਆਹ ਕਿੱਲਾ ਤਾਂ ਸਮਝ ਲਿਆ ਤਾਂ ਦਿਹਾੜੀ ਵਾਰ ਆਉਣਾ ਪਿਆ, ਇਹਦੇ ਪੱਤਰ ਦਾ ਵੀ ਫਰਕ ਹੈਗਾ, ਇਹ ਕਿੱਲਾ ਸੁੱਕਾ ਹੋਇਆ ਸੀ ਅਤੇ ਇਹ ਕਿੱਲਾ ਕਿੱਲਾ ਨਾ ਇਹ ਥੋੜ੍ਹਾ ਗਿੱਲਾ ਗਿੱਲਾ ਸੀ। ਮਾਸ਼ਾਅੱਲਾ ਬੜੀ ਸੋਹਣੀ ਯਾਦ ਕਿੱਲੇ, ਦੋਵੇਂ ਕਿੱਲੇ ਉਹ ਜਿਹੜੀ ਘੋੜੇ ਭੁਲਿਆ ਰਹੀ ਹੈ ਉਹਨੂੰ ਤਾਂ ਗੁੱਲ ਹੋਈ ਵੀ ਤੂੰ ਵਹਾਈ ਸੀ, ਇਹ ਤਾਂ ਨਿਗਾਹ ਮਾਰ ਮਾਸ਼ਾਅੱਲਾ ਬੜੀ ਚਾਸ ਵਾਲੀ ਮਕਾਈ। ਇਹ ਧੁੱਪ ਇਹਨੂੰ ਲੱਗਦੀ ਗਈ ਤਾਂ ਮਕਈ ਆਈ, ਆਹ ਕਿੱਲੇ ਦੀ ਥੋੜ੍ਹੀ ਨਮੀ ਦੀ ਵਜ੍ਹਾ ਦਾ ਮਸਲਾ ਆ ਰਿਹਾ, ਖਰਾਬ ਦੀ ਵਜ੍ਹਾ ਦਾ ਮਸਲਾ ਨਹੀਂ ਆਉਂਦਾ ਪਿਆ। ਇਹ ਵੀ ਹਫ਼ਤਾ ਹੀ ਰਹਿੰਦਾ ਪਿੱਛੇ ਕਿੱਲੇ ਤੋਂ ਰੱਖ ਕੇ ਘਬਰਾ ਕੇ ਕਰਦੇ ਬਾਰਿਸ਼ ਖਰਾਬ ਖਰਾਬ ਮੌਸਮ ਖਰਾਬ, ਗੱਡੀ ਗੱਡੀ ਬਾਹਰ ਸੀ ਕਈ ਤੋਂ ਫੇਰਾ ਮਾਰ ਕੇ ਦੱਸੀ ਜਿਹੜਾ ਨਾ ਐਪ ਤਾਂ ਚੱਲੇ ਹਾਂ, ਐਪ ਨਾਲ ਜਿਹੜਾ ਸਾਡੇ ਆਰਮੀ ਵਾਲੇ ਨੇ ਨਹਿਰ ਦੇ ਉਹਨਾਂ ਪਾਣੀ ਨਹੀਂ ਘਟਾਇਆ ਹੋਇਆ, ਅਸੀਂ ਵੀ ਸਾਡੇ ਨਾਲ ਮੈਨੂੰ ਐਡ ਵਿੱਚ ਤਾਂ ਬੜਾ ਸ਼ੌਂਕ ਸੀ ਤੂੰ ਐਡ ਤੇ ਚੱਲਿਆ ਲੈ। I feel like I'm losing my mind. Everybody in the world ਸਾਡੇ ਦੋ ਦਾ ਰੋਗ ਆ ਸੀ ਤੇ ਅਸੀਂ ਅਸਲ ਵਿੱਚ ਨਵਾਜ਼ ਪਾੜ ਕੇ ਲੱਗੇ ਹਾਂ ਤਾਂ ਕਿ ਚੱਲ ਤੂੰ ਜਰਾ ਜਰਾ ਟਾਈਮ ਜਰਾ I'm losing my mind. Is everybody in the world blind? Please Lord give me a sign, a sign. I feel like I'm losing my mind. ਅਰਧ ਅਸੀਂ ਪਹੁੰਚ ਗਏ ਹਾਂ, ਆ ਦੀਦੀ ਖਵਾਇਸ਼ ਸੀ ਕਿ ਇਹਨੂੰ ਐਰ ਵਿਖਾਈਏ ਅਤੇ ਹੁਣ ਠੰਡ ਦੇ ਨਾਲ ਇਕੱਠਾ ਹੋਣ ਡਿਆ ਹੋਇਆ ਜੀ। ਚਲ ਆ ਦੇ ਇਹ ਜਿਹੜੀਆਂ ਦਰਾਂ ਨੂੰ ਚੁੱਕਦੀਆਂ ਨੇ ਮੋਟਰਾਂ ਆਏ ਉਹਨਾਂ ਉਹਨਾਂ ਦੀ ਸੀੜੀਆਂ ਲੱਗੀਆਂ ਨੇ ਉੱਥੇ ਜਾਣ ਵਾਸਤੇ। ਇਹ ਦਰਾਂ ਦੇ ਵਿੱਚ ਕਿੰਨੀ ਸਪੀਡ ਨਾਲ ਪਾਣੀ ਗੁਜ਼ਰਨ ਡਿਆ ਹੋਇਆ, ਆਪ ਨੂੰ ਠੰਡ ਲੱਗਦੀ ਵੀ ਸਾਫਾ ਵੱਲ ਲਿਆ ਸੋ ਹੈ। ਇਹ ਦੂਸਰੀ ਨਹਿਰ ਦੀ ਜਿਹੜੇ ਨਾ ਮੋਟਰਾਂ ਲੱਗੀਆਂ ਨੇ ਪਾਣੀ ਪੂਣੀ ਚੁੱਕਣ ਵਾਸਤੇ, ਉਹ ਜਿਹੜਾ ਦਰਿਆ ਨੂੰ ਪਾਣੀ ਜਾਂਦਾ ਅਤੇ ਦਰਿਆ ਦੇ ਵਿੱਚ ਇੱਥੋਂ ਸਿੱਧਾ ਜਿਹੜਾ ਨਾ ਬੰਦੇ ਠੰਡ ਦੀ ਵਜ੍ਹਾ ਤੋਂ ਅੱਗ ਬਾਲ ਕੇ ਬੈਠੇ ਹੋਏ ਨੇ, ਮੱਛੀ ਫੜਨ ਵਾਲੇ ਜਿਹੜੇ ਨੇ ਉਹ ਅੱਗ ਬਾਲ ਕੇ ਬੈਠੇ ਹੋਏ ਨੇ। ਚੱਲ ਦਰਿਆ ਜਿਹੜਾ ਨਾ ਬਹੁਤ ਜ਼ਿਆਦਾ ਜਿਹੜਾ ਨਾ ਇਹ ਵੇਖੋ ਇਹਨੂੰ ਠੰਡ ਲੱਗਦੀ ਵੀ, ਮੈਨੂੰ ਕਹਿੰਦੇ ਸੀ ਕਿ ਸਾਨੂੰ ਨਾਲ ਲੈ ਕੇ ਚੱਲ ਤਾਂ ਕਿ ਸਾਡਾ ਰੋਜ਼ਾ ਜਿਹੜਾ ਨਾ ਉਹ ਮਸਲ ਕਿ ਟਾਈਮ ਜਿਹੜਾ ਨਾ ਅਸੀਂ ਜਿਹੜਾ ਨਾ ਗੁਜ਼ਾਰ ਲਈਏ, ਅਤੇ ਹੁਣ ਵੇਖੋ ਹੁਣ ਲਿਆਉਂਦਾ ਹੀ ਤਾਂ ਨਾਲ ਹੀ ਕਹਿੰਦੇ ਪੈਣ ਜਿਹੜਾ ਸਾਨੂੰ ਜਿਹੜਾ ਨਾ ਘਰ ਲੈ ਕੇ ਚੱਲ। ਮੈਂ ਕਹਿਣ ਡਿਆ ਸੀ ਅੱਗੇ ਕਿ ਜਿਹੜੀਆਂ ਕਿਸ਼ਤੀਆਂ ਆਈਆਂ ਨੇ ਜਿਹੜੇ ਵੀ ਸਾਡੇ ਇੱਥੇ ਏਰੀਏ ਤੋਂ ਦੂਰ ਦੂਰ ਜਿਹੜੇ ਨੇ ਦੂਰ ਦੂਰ ਲੋਕ ਆਉਂਦੇ ਨੇ ਨਾ ਉਹ ਇਹਨਾਂ ਕਿਸ਼ਤੀਆਂ ਦੇ ਵੈਸੇ ਵੀ ਉੜੇ ਛੁੜੇ ਲੈਣ ਵਾਸਤੇ ਜਿਹੜਾ ਨਾ ਲੈਂਦੇ ਨੇ, ਮਗਰ ਅਸੀਂ ਇੰਨਾ ਇਸ ਚੀਜ਼ ਆਦੀ ਨਹੀਂ ਹੈਗੇ ਅਤੇ ਅੱਗੇ ਇਹ ਦਰਿਆ ਇਹਦਾ ਰਸਤਾ ਹੈ ਜਸਵਾਪੁਰ ਰੋਡ
ਜਿਹੜਾ ਮੇਰੇ ਬੜੇ ਬੰਦੇ ਹੋਣ ਬੜੇ ਕਾਲੇ ਬੱਚੇ ਮੈਨੂੰ ਠੰਡ ਵੀ ਲੱਗ ਗਈ ਮੇਰਾ ਟਾਈਮ ਹੋਵੇ ਸਾਨੂੰ ਵਾਪਸ ਲੈ ਜਾਣ ਦਰਿਆ ਅਤੇ ਸੈਂਟਰ ਦੇ ਆ ਪਿਛਲੇ ਸਭ ਦੇਖੋ ਸਾਹਮਣੇ ਜਿਹੜਾ ਨਾ ਇਹ ਖੁਸ਼ਕੀ ਖੁਸ਼ਕ ਟਿੱਬੀ ਹੈ ਨਾਲ ਹੀ ਬਿਲਕੁਲ ਇੱਥੇ ਦਰਿਆ ਨੂੰ ਜਿਹੜਾ ਉਹਨਾਂ ਨੇ ਬਹੁਤ ਜ਼ਿਆਦਾ ਪਾਣੀ ਛੱਡਿਆ ਹੋਇਆ ਅਤੇ ਪਾਣੀ ਦੀ ਸਪੀਡ ਚੈੱਕ ਕਰੋ ਕਿੰਨੀ ਜ਼ਿਆਦਾ ਸਪੀਡ ਹੈ ਦੂਜੇ ਤਾਰ ਉਹਨਾਂ ਬੰਦ ਕੀਤੇ ਹੋਏ ਨੇ ਜਿੱਥੇ ਉਹਨਾਂ ਪਾਣੀ ਜ਼ਿਆਦਾ ਕੀਤਾ ਦਰਿਆ ਪਾਣੀ ਨਾਲ ਚੈੱਕ ਕਰੋ ਕਿੰਨੀ ਸਪੀਡ ਨਾਲ ਜਿਹੜਾ ਨਾ ਜ਼ਿਆਦਾ ਛੱਡਿਆ ਹੋਇਆ ਦਰਿਆ ਨੂੰ ਸਿਰਫ ਔਰ ਸਿਰਫ ਦਰਿਆ ਨੂੰ ਪਾਣੀ ਛੱਡਣ ਦੀ ਵਜ੍ਹਾ ਇਹ ਹੀ ਹੈ ਕਿ ਬਾਰਿਸ਼ਾਂ ਬਹੁਤ ਜ਼ਿਆਦਾ ਹੁੰਦੀਆਂ ਪਈਆਂ ਨੇ ਫਸਲਾਂ ਨੂੰ ਪਾਣੀ ਨਹੀਂ ਚਾਹੀਦਾ ਦੋ ਨਹਿਰਾਂ ਦਾ ਪਾਣੀ ਉਹਨਾਂ ਬੰਦ ਕੀਤਾ ਹੋਇਆ ਤਾਂ ਜਿਹੜਾ ਦਰਿਆ ਨੂੰ ਜਦੋਂ ਨਾ ਜ਼ਿਆਦਾ ਪਾਣੀ ਜਿਹੜਾ ਛੱਡਿਆ ਹੋਇਆ ਤਾਂ ਦਰਿਆ ਦੇ ਵਿੱਚ ਜਿਹੜੀਆਂ ਲੋਕਾਂ ਨੇ ਫਸਲਾਂ ਲਾਈਆਂ ਹੋਈਆਂ ਨੇ ਉਹ ਆ ਕੇ ਤਰਾਸ ਦਿੰਦੇ ਨੇ ਹੈਡ ਵਾਲਿਆਂ ਨੂੰ ਤਾਂ ਕਿ ਪਾਣੀ ਘੱਟ ਕਰੋ ਨਹਿਰਾਂ ਨੂੰ ਪਾਣੀ ਜ਼ਿਆਦਾ ਕਰੋ ਅਤੇ ਨਹਿਰਾਂ ਵਾਲੇ ਫਿਲਹਾਲ ਨਹੀਂ ਬਣਦਾ ਪਾਣੀ ਤਾਂ ਕਿ ਬਾਰਿਸ਼ਾਂ ਦੀ ਹੋਈਆਂ ਤੋਂ ਜਿਹੜਾ ਨਾ ਜ਼ਮੀਨਾਂ ਨੂੰ ਪਾਣੀ ਦੀ ਲੋੜ ਨਹੀਂ ਹੈਗੀ ਇਸ ਲਈ ਉਹ ਜਿਹੜਾ ਨਾ ਦਰਿਆ ਨੂੰ ਪਾਣੀ ਜ਼ਿਆਦਾ ਛੱਡਿਆ ਹੋਇਆ